ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਇੱਕ ਸ਼ਖਸ ਪੁਲਿਸ ਦੇ ਨਾਲ ਪੀੜ ਰਿਹਾ ਹੈ, ਮਹਿਲਾ ਅਫਸਰ ਵੀ ਇਸ ਟੀਮ 'ਚ ਸ਼ਾਮਲ ਨੇ, ਪਰ ਉਹ ਸ਼ਖਸ ਬਾਜ਼ ਨਹੀਂ ਆ ਰਿਹਾ। ਪਰ ਆਖਿਰਕਾਰ ਪੁਲਿਸ ਤਾਂ ਪੁਲਿਸ ਹੀ ਹੁੰਦੀ ਹੈ, ਪੁਲਿਸ ਦੇ ਅੱਗੇ ਕਿਸੇ ਦਾ ਜ਼ੋਰ ਕਦੇ ਚੱਲਦਾ ਹੈ, ਅਤੇ ਇਹੀ ਹੋਇਆ। ਆਖਿਰਕਾਰ ਪੁਲਿਸ ਨੇ ਉਸ ਸ਼ਖਸ ਨੂੰ ਕਾਬੂ ਕਰ ਲਿਆ, ਅਤੇ ਜਦੋਂ ਕਾਬੂ ਕੀਤਾ ਤਾਂ ਉਸਨੂੰ ਕੱਪੜੇ ਪਾਉਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਅਧਨਗਨ ਹਾਲਤ ਦੇ ਵਿੱਚ ਹੀ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਤਸਵੀਰਾਂ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਦੀਆਂ ਨੇ। ਤੁਸੀਂ ਦੇਖ ਸਕਦੇ ਹੋ ਇੱਕ ਸ਼ਖਸ ਨੂੰ ਕਿਵੇਂ ਪੁਲਿਸ ਘਰੋਂ ਚੱਕ ਕੇ ਲੈ ਕੇ ਆਈ ਹੈ। ਪੁਲਿਸ ਦਾ ਨਵਾਂ ਟ੍ਰੀਟਮੈਂਟ ਵੀ ਦੇਖ ਲਓ, ਕਿਸ ਤਰੀਕੇ ਦੇ ਨਾਲ ਉਸਦਾ ਸ਼ਰਾਬ ਦਾ ਨਸ਼ਾ ਲਾਇਆ ਜਾ ਰਿਹਾ ਹੈ, ਪਾਣੀ ਪਾ ਕੇ ਉਸਨੂੰ ਠੰਡਾ ਕੀਤਾ ਜਾ ਰਿਹਾ, ਕਿਉਂਕਿ ਉਹ ਥਾਣੇ 'ਚ ਵੀ ਪੁਲਿਸ 'ਤੇ ਕਾਬੂ ਨਹੀਂ ਸੀ ਆ ਰਿਹਾ। ਦਰਅਸਲ ਪੁਲਿਸ ਨੂੰ ਖਬਰ ਮਿਲੀ ਸੀ ਕਿ ਇੱਕ ਸਕੂਲ 'ਚ ਤੋੜ ਫੋੜ ਹੋ ਰਹੀ ਹੈ। ਪੁਲਿਸ ਮੌਕੇ 'ਤੇ ਪਹੁੰਚੀ ਤਾਂ ਜਨਾਬ ਪੁਲਿਸ ਦੇ ਨਾਲ ਵੀ ਭਿੜ ਗਏ। ਜੇਕਰ ਮਹਿਲਾ ਸਬ ਇੰਸਪੈਕਟਰ ਦੀ ਮੰਨੀਏ ਤਾਂ ਉਹਨਾਂ ਦੇ ਨਾਲ ਵੀ ਬਦਸਲੂਕੀ ਹੋਈ ਹੈ। ਅਗਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਮਹਿਲਾ ਸਬ ਇੰਸਪੈਕਟਰ। ਸਰ ਸਾਨੂੰ ਕਾਲ ਆਈ ਸੀਗੀ, 100 ਨੰਬਰ 'ਤੇ ਕਾਲ ਆਈ ਸੀ, ਫਿਰ ਸਾਨੂੰ ਕੰਟਰੋਲ ਰੂਮ ਤੋਂ ਵੀ ਫੋਨ ਆਇਆ ਕਿ ਕੋਈ ਮੁਕੇਸ਼ ਕੁਮਾਰ ਹੈ, ਸਨ ਆਫ ਮਾਨ ਸਿੰਘ, ਉਹਨਾਂ ਨੇ ਡਰਿੰਕ ਵਗੈਰਾ ਕੀਤੀ ਹੋਈ ਸੀ ਸਕੂਲ ਦੇ, ਮਤਲਬ ਕਿ ਬਿਲਡਿੰਗ ਦੇ ਵਿੰਡੋ ਵਗੈਰਾ 'ਤੇ ਸ਼ੀਸ਼ੇ ਸ਼ੂਸ਼ੇ ਤੋੜੇ ਆ। ਜਦੋਂ ਸਾਡੇ ਪੀ ਸੀ ਆਰ ਪਾਰਟੀ ਉੱਥੇ ਪਹੁੰਚੀ, ਸਾਡੀ ਪੀ ਸੀ ਆਰ ਰੋਮੀਓ, ਪੀ ਸੀ ਆਰ ਜੋਲੋ ਦੋਨੋਂ ਪਹੁੰਚ ਗਈਆਂ ਉੱਥੇ, ਤਾਂ ਉੱਥੋਂ ਉੱਥੇ ਉਹਨਾਂ 'ਤੇ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਮੈਂ ਆਪ ਮੌਕੇ 'ਤੇ ਜਾ ਕੇ ਦੇਖਿਆ, ਮਤਲਬ ਸਾਡੇ ਉਹਨਾਂ ਨੇ ਵਰਦੀ ਨੂੰ ਹੱਥ ਹੁੱਥ ਪਾਇਆ, ਜੋ ਨਸ਼ੇ ਦੀ ਹਾਲਤ ਵਿੱਚ ਸੀ ਕਾਫੀ। ਬਾਕੀ ਹੁਣ ਲੈ ਕੇ ਆਉਂਦਾ ਆਪਾਂ ਨੂੰ, ਜੋ ਬੰਦੀ ਕਾਰਵਾਈ ਅੱਗੇ ਜਾਰੀ ਆ। ਹਾਂਜੀ, ਪੀ ਸੀ ਆਰ ਤੋਂ ਇਲਾਵਾ ਮੈਂ ਸੀ ਮੌਕੇ 'ਤੇ, ਮੇਰੇ ਵੀ ਉਹਨੇ ਵਰਦੀ ਪਕੜੀ ਹੈ। ਬਾਕੀ ਜੋ ਵੀ ਪ੍ਰੋਸੈਸ ਜਾਰੀ ਹੈ ਹਜੇ। ਕਾਰਵਾਈ ਹਜੇ ਤਾਂ ਆਪਾਂ ਉਹਨਾਂ ਨੂੰ ਲੈ ਕੇ ਆਏ ਹਾਂ, ਪੁੱਛਗਿੱਛ ਕਰਾਂਗੇ, ਨਾਮ ਪੂਰਾ ਐਡਰੈਸ ਪਤਾ ਕਰਦੇ ਹਾਂ ਕਿੱਥੋਂ ਦੇ ਹੈ, ਕੀ ਕਿੱਥੋਂ ਦੇ ਰਹਿਣ ਵਾਲੇ ਆ। ਬਾਕੀ ਫਿਰ ਜੋ ਵੀ ਬੰਦੀ ਕਾਰਵਾਈ ਆਪਾਂ ਕਰਾਂਗੇ। ਹਾਂਜੀ, ਫੁਟੇਜ ਵਗੈਰਾ ਹਜੇ ਤੱਕ ਅਸੀਂ ਪੁੱਛ ਰਹੇ ਹਾਂ, ਬਿਆਨ ਵਗੈਰਾ ਲਿਖ ਰਹੇ ਹਾਂ, ਜੋ ਵੀ ਸਾਨੂੰ ਆਊਗਾ ਫਿਰ ਆਪਾਂ ਤੁਹਾਨੂੰ। ਕਾਰਨ ਜੀ ਹੁਣ ਆਪਾਂ ਉਹਨੂੰ ਪੁੱਛਗਿੱਛ ਕਰਾਂਗੇ ਤਾਂ ਉਹਦੇ ਵਿੱਚ ਉਹ ਮੈਂਸ਼ਨ ਕਰ ਦੂਗਾ ਵੀ ਕੀ ਗੱਲ ਹੋਈ ਹੈ, ਕਿੱਦਾਂ ਕੀ ਗੱਲ ਹੈ। ਆਪਾਂ ਦਰਖਾਸਤ ਆਈ ਹੈ ਸਾਡੇ ਕੋਲ ਲਿਖਤੀ, ਉਹਦੇ ਵੀ ਹੱਥ 'ਤੇ ਫਿਰ ਅੱਗੋਂ ਕਾਰਵਾਈ ਸ਼ੁਰੂ ਕਰੋ।